ਇਹ ਮੋਨੀ ਜਿਹੜੀ ਕੀਮਤ ਆ 5.5 ਲੱਖ 5.5 ਲੱਖ ਹਾਂ ਇਹ 20 ਲੀਟਰ ਦੁੱਧ ਦੇਣੀ ਹੈ 20 ਲੀਟਰ ਜੀ ਜੀ Assalamualaikum, मैं तो सारा मेज़बान जवाद खालिद तुसा तक जो अपना फैमिली यूट्यूब चैनल सही है जवाद खालिद उम्मीद करना कि तुसा सारे ठीक ठाक हो सो ते जनाब भाई असें इस वेला कॉल आई सी चौधरी मोहम्मद गुलफराज साहब होनी के मंजी माल आया वा ते असो दा वीडियो बना सो ते असा नाल जो यासिन साहब होनी मौजूद न ते असा उधर जाई रहे हां ते चलो हुन बाकी वीडियो नी तरफ जनाब असें ते पहुंची आए हां अजो यासिन और अगे खलते वे जनाब बैठी है जनाब बैठी आया चौधरी मोहम्मद शफी मेरा उन्होंने ठीक आया इतना आज मजी आई है ना सोचा करो ना मारो जी आ छोटी जो झोटी है लहरी है या ये लहरी है जी ये लहरी है दूध कितना है इसमें इस को जनाब दूध है तकरीबन 8 किलो 8 किलो हाँ दो टेमो है एक दो टेमो दो टेमो हाँ तलन छोटी है ये तक्की किलो क्या कोई डिमांड है इसमें इसमें 2,40,000 2,40,000 कट करी दे ਉਹ ਚਲੋ ਜੀ ਜਿੰਨਾ ਕੋਈ ਅਸੀਂ ਤਾਂ ਪਿਆਰ ਮੁਹੱਬਤ ਕਰੀ ਛੋੜਦਾ ਕੋਈ ਮੁਸ਼ਕਿਲ ਨਹੀਂ ਲੇਕਿਨ ਇਹ ਕਿ ਜਿਹੜਾ ਮੈਂ ਇਹ ਤੁਸਾਂ ਨਾਲ ਫਾਈਨਲ ਪੈਸੇ ਦੱਸਣਾ ਲਾਓਗੇ ਜਿਹੜਾ ਮਜੀਆਂ ਮਹਿੰਗੀਆਂ ਉਹਨਾਂ ਦੀ ਕੀ ਆ ਗੱਲ ਹੈ ਅਤੇ 2,40,000 ਇਸ ਰੱਖ ਲੈਣ ਅਤੇ ਉਹਨੇ ਜਿਹੜਾ ਕੋਈ ਏਸੀ ਤਾਂ ਉਹਦਾ ਹੋਈ ਜਾ ਸੀ ਬਾਕੀ ਅੱਗੇ ਹੋਰ ਕਿਵੇਂ ਦੱਸਿਆ ਤਾਂ ਇਹ ਮੌਜ ਕੀ ਆ ਜੀ ਇਹ ਮੌਜ ਜਨਾਬ ਸਤਰੀਜੇ ਸੂਗਾ ਵਿੱਚ ਹੈ ਮੁੰਜ ਸੋਨੇ ਤੋਂ ਤਿਆਰ ਹੈ ਗੱਬਣ ਹੈ ਆ ਗੱਬਣ ਹੈ ਤਾਂ ਕਿਆ ਕੋਈ ਕੀਮਤ ਹੈ ਇਸਦੀ ਇਹ ਮੁੰਜ ਦੀ ਕੀਮਤ ਹੈ 5.5 ਲੱਖ 5.5 ਲੱਖ ਹਾਂ ਤੇ 20 ਲੀਟਰ ਦੁੱਧ ਦੇਣੀ ਹੈ 20 ਲੀਟਰ ਜੀ ਜੀ ਠੀਕ ਹੈ ਤਾਂ ਕੱਟ ਕਰੀ ਤਾਂ ਉਹ ਕੱਟ ਕਰੀ ਤਾਂ ਚਲੋ ਮੈਂ ਜਿੰਨਾ ਕੋਈ ਇਸੀ ਕਰੀ ਗਈ ਇਨਸ਼ਾ ਅੱਲਾਹ ਰਾਣਾ ਸਰ ਗੱਲ ਮੌਕੇ ਪਰ ਮੌਕੇ ਵਿੱਚ ਮੱਝ ਤੱਕ ਸਿੱਧਾ ਰਾਣਾ ਕਰੀ ਗਈ ਸਾਂ ਸਹੀ ਕਿਹਾ ਮੁੰਜ ਹੈ ਇਹ ਵੀ ਝੋਟੀ ਹੈ ਜੀ ਲਹਿਰੀ ਹੈ ਝੋਟੀ ਇਹ ਵੀ ਲਹਿਰੀ ਝੋਟੀ ਹੈ ਤਾਂ ਕਿਆ ਕੋਈ ਜਿਹਨਾਂ ਦੁੱਧ ਕਿਤਨਾ ਆ ਇਸ ਕੋ ਦੁੱਧ ਅੱਜ ਤਕਰੀਬਨ 9 ਕਿਲੋ 9 ਕਿਲੋ ਤੁਹਾਡੇ ਕੋਲ ਦੋਂਡੇ 9 ਕਿਲੋ ਤਾਂ ਕਿਆ ਕੋਈ ਡਿਮਾਂਡ ਹੈ ਇਸਨੂੰ ਇਸ ਨੂੰ ਡਿਮਾਂਡ ਹੈ 2.5 ਲੱਖ ਬਾਕੀ ਘਾਟਾ ਵਾਦਾ ਮੋ ਗਿਆ जनाब 2,10,000 नंबर लिखा 0,343,11,86,11,86,770 इसमें डिमांड है 1,80,000 1,80,000 ਤਾਂ ਜਨਾਬ ਇਹ ਕੇ ਮੁੰਜ ਹੈ ਤਾਂ ਇਹ ਕਿਆ ਜੀ ਹੈ ਜੀ ਇਹ ਦੂਜਣ ਝੋਟੀ ਹੈ ਜੀ ਉਹ ਦਿਹਾੜੇ 10-12 ਕੱਲੀ ਹੈ ਇਹ ਗੱਬਣ ਹੈ ਜੀ ਤਾਂ ਇਸ ਨੇ ਕਿਹਾ ਕੋਈ ਡਿਮਾਂਡ ਹੈ 4 ਲੱਖ 4 ਲੱਖ ਜੀ ਜੀ ਤੱਕੀ ਕਿਨੋ